ਇਸ ਸਮੇਂ 'ਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ, ਲੋਕ ਇਨਸਾਫ਼ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਵਸ਼ ਲੜੂਗੀ। ਮਾਈਕ ਲੌਂਗੋਵਾਲ ਸਾਹਿਬ ਦੇ ਹੱਥ 'ਚ ਸੀ, ਉਹਨਾਂ ਨੂੰ ਐਂ ਸੀ ਕਿਤੇ ਪ੍ਰਧਾਨਗੀ ਤਿਲਕ ਨਾ ਜਾਏ। ਮੂੰਹ 'ਤੇ ਟੇਪ ਲੱਗੀ ਹੋਈ ਹੈ, ਇਸ ਕਰਕੇ ਬੋਲਦੇ ਨਹੀਂ, ਉਸਲ ਵੱਟੇ ਲੈਂਦੇ ਆ। ਕੈਪਟਨ ਸਾਹਿਬ ਨੇ ਬਾਦਲਾਂ ਦੇ ਗੁਆਮ ਕਰਾਏ, ਬਰੀ ਕਰਾ ਤੇ। ਬਾਦਲਾਂ ਨੇ ਕੈਪਟਨ ਦੇ ਗੁਆਮ ਕਰਾਏ, ਬਰੀ ਕਰਾ ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਜੋ ਜਨਰਲ ਇਜਲਾਸ ਹੈ, ਉਸ ਤੋਂ ਪਹਿਲਾਂ ਨਾਅਰੇਬਾਜ਼ੀ ਸ਼ੁਰੂ ਹੋਈ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਲੁਧਿਆਣਾ ਦੱਖਣੀ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ, ਉਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਔਰ ਵਾਕਆਊਟ ਕੀਤਾ ਗਿਆ ਹੈ। ਜਿੱਦਾਂ ਹੀ ਇਜਲਾਸ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਜੋ ਉਹਨਾਂ ਦੇ ਸਮਰਥਕਾਂ ਵੱਲੋਂ ਇਸ ਵੇਲੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੈ ਉਸ ਨੂੰ ਲੈ ਕੇ ਇਹਨਾਂ ਦਾ ਜੋ ਵਿਰੋਧ ਕੀਤਾ ਜਾ ਰਿਹਾ। ਅਸੀਂ ਬਲਵਿੰਦਰ ਸਿੰਘ ਬੈਂਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬੈਂਸ ਸਾਹਿਬ, ਇਜਲਾਸ ਸ਼ੁਰੂ ਹੁੰਦਿਆਂ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਮੁੱਖ ਕਾਰਨ ਕੀ ਹੈ? ਮੁੱਖ ਕਾਰਨ ਅੱਜ ਕੁੱਲ ਸੰਸਾਰ 'ਚ ਬੈਠਾ ਨਾਨਕ ਨਾਮ ਲੇਵਾ ਸਿੱਖ ਅੱਜ ਦੇ ਇਜਲਾਸ 'ਤੇ ਨਿਗਾਹ ਟਿਕਾ ਕੇ ਬੈਠਾ। ਬਹੁਤ ਦੁੱਖਦਾਈ ਸਮਾਂ ਨਾਨਕ ਨਾਮ ਲੇਵਾ ਸਿੱਖ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾੜ ਕੇ ਨਾਲੀਆਂ 'ਤੇ, ਗਲੀਆਂ 'ਚ, ਰੂੜੀਆਂ 'ਤੇ ਖਿਲਾਰਿਆ ਗਿਆ। ਇੱਥੇ ਹੀ ਬਸ ਨਹੀਂ, ਖੁੱਲ੍ਹੇਆਮ ਗੋਲੀ ਚੱਲੀ ਜਿਹਦੇ 'ਚ ਸਰ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਸ਼ਹਾਦਤ ਹੋਈ। ਦੋ ਵਾਰ ਕਮਿਸ਼ਨ ਬਣਿਆ, ਪਹਿਲਾ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ, ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਔਰ ਉਹ ਥੱਲੇ ਰੱਖ ਲਿਆ। ਆਹ ਹੁਣ ਵਾਲੇ ਮੁੱਖ ਮੰਤਰੀ ਨੇ ਇੱਕ ਕਮਿਸ਼ਨ ਹੋਰ ਬਣਾਇਆ। ਦੋਨੇ ਕਮਿਸ਼ਨਾਂ ਨੇ ਬੜਾ ਕਲੀਅਰ ਕਿਹਾ, ਕਮਿਸ਼ਨ ਨੂੰ ਨਹੀਂ ਮੰਨਦੇ। ਤੁਹਾਡਾ ਸਾਬਕਾ MLA ਮਨਤਾਰ ਸਿੰਘ ਬਰਾੜ ਪਰਸੋਂ ਟੈਲੀਵਿਜ਼ਨ 'ਤੇ ਬੋਲਦਾ ਸੀ, ਰਾਤ ਨੂੰ ਹਿੱਕ ਠੋਕ ਕੇ ਕਹਿੰਦਾ ਰਾਤ ਨੂੰ 2 ਵਜੇ, ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਨਾਲ ਟੈਲੀਫੋਨ 'ਤੇ ਗੱਲ ਹੋਈ ਤਾਂ ਸਖਤੀ ਹੋਈ। ਅਤੇ ਗੁਰੂ ਪਿਆਰਿਓ, ਅੱਜ ਮੈਂ ਮੰਗ ਕੀਤੀ ਸੀ ਕਿ ਅੱਜ ਜਨਰਲ ਹਾਊਸ ਹੈ ਅਤੇ ਆ ਬਰਗਾੜੀ ਕਾਂਡ 'ਤੇ ਉਹ ਜਿਹੜਾ ਕਤਲ ਹੋਇਆ ਦੋ ਸਿੰਘਾਂ ਦਾ, ਉਹਦੇ 'ਤੇ ਇੱਕ ਖੁੱਲ੍ਹੀ ਡਿਬੇਟ ਕਰਾਈ ਜਾਏ। ਦੋ ਕਮਿਸ਼ਨਾਂ ਦੀ ਰਿਪੋਰਟ ਆ ਗਈ, ਇੱਕ ਤੀਜੀ ਕਿਉਂਕਿ ਅਮਰਿੰਦਰ ਸਿੰਘ ਦੀ ਸਾਂਠਗਾਂਠ ਹੈ, ਤੀਜੀ ਨਵੀਂ ਸਿੱਟ ਬਣ ਗਈ, ਡੁਪਲੀਕੇਟ ਗਵਾਹ ਖੜੇ ਕੀਤੇ ਜਾ ਰਹੇ ਹੈ। ਸ਼ੋਕ ਮਤੇ ਪੇਸ਼ ਕੀਤੇ ਗਏ, ਤੁਸੀਂ ਸਮਝਦੇ ਹੋ ਕਿ ਸ਼ੋਕ ਮਤਿਆਂ ਦੇ ਵਿੱਚ ਉਹ ਸਭ ਤੋਂ ਵੱਡਾ ਜੋ ਦੁੱਖਦਾਈ ਘਟਨਾ ਹੋਈ ਸੀ ਉਸਨੂੰ ਵੀ ਸ਼ਾਮਿਲ? ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਇਹਨਾਂ ਨੇ ਕਿਹਾ ਨਾ, ਮੈਨੂੰ ਸਿੰਘ ਸਾਹਿਬ ਨੇ ਇਸ਼ਾਰਾ ਕੀਤਾ, ਮੈਂ ਬਹਿ ਗਿਆ। ਕਹਿੰਦੇ ਬੈਂਸ ਸਾਹਿਬ 2 ਮਿੰਟ ਬਹਿ ਜਾਓ, ਮੈਂ ਬੈਠ ਗਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਪ੍ਰਧਾਨ ਦੀ ਚੋਣ ਪਹਿਲਾਂ ਜਾਂ ਗੁਰੂ ਗ੍ਰੰਥ ਸਾਹਿਬ ਪਹਿਲਾਂ, ਕਿਉਂਕਿ ਮਾਈਕ ਲੌਂਗੋਵਾਲ ਸਾਹਿਬ ਦੇ ਹੱਥ 'ਚ ਸੀ, ਉਹਨਾਂ ਨੂੰ ਐਂ ਸੀ ਕਿਤੇ ਪ੍ਰਧਾਨਗੀ ਤਿਲਕ ਨਾ ਜਾਏ। ਮੈਨੂੰ ਆਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਲੌਂਗੋਵਾਲ ਸਾਹਿਬ, ਗੌਰ ਕਰਿਓ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਵੀ ਪਰਦਾ ਪਾਉਂਦੇ ਸੀ ਲੰਬੇ ਚਿਰ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਇੱਕ ਜਥੇਬੰਦੀ ਹੈ ਔਰ ਤੁਸੀਂ ਦੋ ਹੀ ਉੱਥੇ ਸਿੱਖ ਮੈਂਬਰ ਨਜ਼ਰ ਆਏ ਜਿਨ੍ਹਾਂ ਨੇ ਵਿਰੋਧ ਕੀਤਾ, ਹੋਰ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ, ਇਸ ਚੀਜ਼ ਨੂੰ ਤੁਸੀਂ ਕਿੱਦਾਂ? ਮੈਂ ਇੱਕ ਬੇਨਤੀ ਕਰਾਂ, ਜੱਬੇ ਬਾਣ ਲੱਗਿਓ, ਤੱਬੇ ਰੋਸ ਜਾਗਿਓ। ਉਹਨਾਂ ਦੇ ਅੰਦਰ ਵੀ ਅੱਗ ਬਲਦੀ ਹੈ ਜਿਹੜੇ ਬੈਠੇ ਹੈ, ਪਰ ਮਜਬੂਰੀ ਹੈ। ਮੂੰਹ 'ਤੇ ਟੇਪ ਲੱਗੀ ਹੋਈ ਹੈ, ਇਸ ਕਰਕੇ ਬੋਲਦੇ ਨਹੀਂ, ਉਸਲ ਵੱਟੇ ਲੈਂਦੇ ਆ। ਕਿਸੇ ਬੰਦੇ ਨੇ ਮੇਰਾ ਵਿਰੋਧ ਕੀਤਾ? ਜੇ ਬੋਲੇ ਨਹੀਂ, ਵਿਰੋਧ ਵੀ ਨਹੀਂ ਕੀਤਾ। ਜਿਹੜੀ ਚੁੱਪ ਹੁੰਦੀ ਆ ਉਹ ਹਾਂ ਦਾ ਇਸ਼ਾਰਾ ਕਰਦੀ ਹੈ। ਉਹ ਮੈਂਬਰ ਵੀ ਮੇਰੀ ਹਾਂ 'ਚ ਹਾਂ ਰਲਾਉਂਦੇ ਸੀਗੇ, ਪਰ ਦੁੱਖ ਅਤੇ ਅਫਸੋਸ ਹੈ ਕਿ ਸਿੰਘ ਸਾਹਿਬਾਨ ਦੀ ਹਾਜ਼ਰੀ 'ਚ ਮੈਨੂੰ ਸਿੰਘ ਸਾਹਿਬਾਨ ਨੇ ਕਿਹਾ ਕਿ ਬੈਠ ਜਾ, 2 ਮਿੰਟ ਰੁਕ ਜਾ। ਜਦੋਂ ਉਹਨਾਂ ਨੇ ਐਂ ਮੈਨੂੰ ਇਸ਼ਾਰਾ ਕੀਤਾ, ਮਾਨਯੋਗ ਹੈੱਡ ਗ੍ਰੰਥੀ ਸਾਹਿਬ, ਮੈਂ ਸੀਸ ਝੁਕਾ ਕੇ ਉਹਨਾਂ ਦਾ ਸਤਿਕਾਰ ਕਰਦਾ, ਮੈਂ ਬੈਠ ਗਿਆ। ਅਤੇ ਜਦੋਂ ਸ਼ੋਕ ਮਤੇ ਪੂਰੇ ਹੋ ਗਏ, ਮੈਂ ਫਿਰ ਉੱਠ ਕੇ ਕਿਹਾ, ਮੈਂ ਕਿਹਾ ਜੀ ਫੁਟਕਲ ਮਤਾ, ਬਹਿਸ ਕਰਾਓ ਬਰਗਾੜੀ ਗੋਲੀ ਕੋਟਕਪੂਰਾ ਗੋਲੀ ਕਾਂਡ 'ਤੇ, ਗੁਰੂ ਗ੍ਰੰਥ ਸਾਹਿਬ ਦੀ ਹੋਈ ਨਰਾਦਰੀ 'ਤੇ, ਪਰ ਲੌਂਗੋਵਾਲ ਸਾਹਿਬ ਦੇ ਹੱਥ 'ਚ ਮੈਕ ਆ ਗਿਆ। ਉਹ ਕਹਿੰਦੇ ਕੌਮ ਵੀ ਬੈਂਸ ਸਾਹਿਬ, ਤੁਸੀਂ ਵੀ ਕਿਸੇ ਸਮੇਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਸੀ। ਅੱਜ ਦੀ ਡੇਟ ਦੀ ਅਸੀਂ ਗੱਲ ਕਰੀਏ, ਅਕਾਲੀ ਦਲ ਦੇ ਟਕਸਾਲੀ ਲੀਡਰ ਔਰ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ, ਉਹ ਵੀ ਖੁੱਲ੍ਹ ਕੇ ਬੋਲ ਰਿਹਾ ਕਿ ਬੇਅਦਬੀ ਔਰ ਜੋ ਡੇਰਾ ਮੁਖੀ ਨੂੰ ਮਾਫ਼ੀ, ਉਸ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਸੀ ਔਰ 2017 ਦੀ ਜੋ ਹਾਰ ਹੈ ਉਹ ਸਭ ਤੋਂ ਵੱਡਾ ਕਾਰਨ ਇਹ ਕਿ ਉਹ ਦੋ ਮੁੱਦਿਆਂ 'ਤੇ ਅਕਾਲੀ ਦਲ ਚੁੱਪ ਰਿਹਾ। ਮੈਂ ਅਕਾਲੀ ਦਲ ਦੇ ਨਾਲ ਸੀ, ਮੈਨੂੰ ਅਕਾਲੀ ਦਲ ਨੇ ਟਿਕਟ ਦਿੱਤੀ, ਮੈਂ ਠੁੱਡ ਮਾਰ ਕੇ ਮੋੜਤੀ ਵੀ ਲੈ ਜਾਓ ਟਿਕਟ ਆਪਣੀ, ਮੈਨੂੰ ਆਪਣੇ ਪਰਮੇਸ਼ਰ 'ਤੇ ਬੇਥਾ ਭਰੋਸਾ ਹੈ।
ਮੈਨੂੰ ਗੁਰੂ ਰਾਮਦਾਸ ਤੇ ਬੇਥਾ ਭਰੋਸਾ। ਮੈਂ ਨਹੀਂ ਇਕੱਲੇ ਨੇ, ਮੇਰੇ ਭਰਾ ਨੇ ਵੀ, ਅਸੀਂ ਆਜ਼ਾਦ MLA ਦੀ ਚੋਣ ਲੜੀ, ਇੱਕ ਨਹੀਂ ਅਸੀਂ ਦੋਨੇ ਜਿੱਤੇ ਤੇ 35-35 ਹਜ਼ਾਰ ਦੀ ਲੀਡ ਤੇ ਜਿੱਤੇ। ਅਸੀਂ ਅਕਾਲੀ ਦਲ ਨੂੰ ਸ਼ੀਸ਼ਾ ਦਿਖਾਇਆ ਸੀ, ਪਰ ਅਕਾਲੀ ਦਲ ਨੂੰ ਸਮਝ ਨਹੀਂ ਲੱਗੀ, ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਜਦੋਂ ਮੈਂ ਉਹਨੂੰ ਪੁੱਛਦਾ ਸੀ, ਮੈਂ ਨਾਲ ਰਿਹਾ, ਮੈਂ ਮੁੱਕਰਦਾ ਨਹੀਂ, ਮੈਂ ਕਹਿੰਦਾ ਸੀਗਾ, ਸੁਖਵੀਰ ਜੀ ਆਪਣਾ ਟੀਚਾ ਕੀ ਹੈ? ਮੇਰੇ ਕੰਨ 'ਚ ਕਹਿੰਦਾ ਸੀ ਰਿਚੇਸਟ ਸਿੱਖ ਆਫ ਦੀ ਵਰਲਡ। ਮੈਂ ਕਿਹਾ ਮੇਰੀ ਤੇਰੀ ਬਣਨੀ ਨਹੀਂ, ਮੈਂ ਕਿਹਾ ਮੇਰਾ ਟੀਚਾ। ਕਹਿੰਦਾ ਤੂੰ ਦੱਸ ਦੇ। ਮੈਂ ਕਿਹਾ ਓਨੈਸਟ ਸਿੱਖ ਆਫ ਦੀ ਵਰਲਡ। ਇਸ ਕਰਕੇ ਸੋਚ ਦਾ ਟਕਰਾਅ ਸੀ, ਅਸੀਂ ਉਹਨਾਂ ਨੂੰ ਛੱਡਤਾ। ਪਰ ਸੁਖਵੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਅਕਸ਼ੇ ਕੁਮਾਰ, ਤਿੰਨਾਂ ਨੂੰ ਸੰਮਨ ਕੀਤਾ ਗਿਆ SIT ਵੱਲੋਂ। ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਦੇ ਵਿੱਚ ਸ਼ਾਮਿਲ ਹੋਵਾਂਗੇ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇ? ਉਸ ਚੀਜ਼ ਨੂੰ, ਕਿਉਂਕਿ ਮੁੱਖ ਮੰਤਰੀ ਸਾਹਿਬ ਗਵਾਹ ਬਦਲਣ ਦੇ ਯਤਨ 'ਚ ਨੇ, ਕੈਪਟਨ ਅਮਰਿੰਦਰ ਸਿੰਘ ਗਵਾਹ ਬਦਲਣ ਦੇ ਯਤਨ 'ਚ ਹੈ। ਮਨਤਾਰ ਸਿੰਘ ਬਰਾੜ ਬੋਲਦਾ, ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਦਾਇਤ ਆਈ, ਸਖਤੀ ਹੋਈ ਤੇ ਗੋਲੀ ਚੱਲੀ। ਮੈਂ ਪੁੱਛਣਾ ਚਾਹੁੰਦਾ, ਹੁਣ ਮਨਤਾਰ ਬਰਾੜ MLA ਬੋਲਦਾ ਤੇ ਹੋਰ ਗਵਾਹੀ ਕਿਹਦੀ ਕਰਾਉਣੀ ਹੈ? ਜਿਨ੍ਹਾਂ ਦੇ ਗੋਲੀਆਂ ਲੱਗੀਆਂ, ਜਿਨ੍ਹਾਂ ਜਿਹੜੇ ਤੁਰਨ ਦੇ ਕਾਬਲ ਨਹੀਂ ਰਹੇ, ਉਹਨਾਂ ਦੀ ਗਵਾਹੀ ਨਹੀਂ ਲਿਖੀ ਜਾ ਰਹੀ? ਕੋਈ ਗਵਾਹ ਪਠਾਨਕੋਟ ਤੋਂ ਲਿਆਂਦਾ ਜਾ ਰਿਹਾ, ਕੋਈ ਗਵਾਹ ਬਠਿੰਡੇ ਤੋਂ ਲਿਆਂਦਾ ਜਾ ਰਿਹਾ, ਕੋਈ ਗਵਾਹ ਕਿਸੇ ਹੋਰ ਸ਼ਹਿਰੋਂ ਜਲੰਧਰੋਂ ਲੈ ਕੇ ਚੱਲੇ ਹੈ, ਤਾਂ ਕਿ ਗਵਾਹਾਂ ਨੂੰ, ਇਹਨਾਂ ਦੀ ਪੁਰਾਣੀ ਰੀਤ ਹੈ, ਕੈਪਟਨ ਸਾਹਿਬ ਨੇ ਬਾਦਲਾਂ ਦੇ ਗਵਾਹ ਮੁਕਰਾਏ, ਬਰੀ ਕਰਾਤੇ। ਬਾਦਲਾਂ ਨੇ ਕੈਪਟਨ ਦੇ ਗਵਾਹ ਮੁਕਰਾਏ, ਬਰੀ ਕਰਾਤੇ, ਪਰ ਕੌਮ ਨੂੰ ਇਹ ਫੈਸਲਾ ਬਹੁਤਾ ਲੰਬਾ ਸਮਾਂ ਪ੍ਰਵਾਨ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਅਕਾਲੀ ਦਲ ਦਾ ਪੂਰਾ ਦਬਦਬਾ, ਜੋ ਉੱਤੋਂ ਹੁਕਮ ਹੁੰਦੇ ਉਹੀ ਇੱਥੇ ਜੋ ਹੈ ਅਪਲਾਈ ਕੀਤਾ। ਮੂੰਹ 'ਤੇ ਟੇਪ ਕਿਉਂ ਲੱਗੀ ਹੋਈ ਹੈ? ਬਾਕੀ ਦੇ ਮੈਂਬਰ ਨਾ ਤਾਂ ਮੇਰਾ ਵਿਰੋਧ ਕੀਤਾ, ਮੈਂ ਧੰਨਵਾਦ ਕਰਦਾ, ਵਿਰੋਧ ਨਹੀਂ ਕੀਤਾ, ਕਿਉਂਕਿ ਮਨ ਦੇ ਇੱਕ ਕਿਨਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਅਥਾਹ ਪ੍ਰੇਮ ਹੈ, ਪਰ ਦੂਜੇ ਪਾਸੇ ਮਜਬੂਰੀ ਹੈ। ਮਜਬੂਰੀ ਬਸ ਬੋਲਦੇ ਨਹੀਂ, ਮਜਬੂਰੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਮਜਬੂਰੀ ਸਿੰਘ ਸਾਹਿਬ, ਭਾਈ ਸਾਹਿਬ ਭਾਈ ਗੁਰਬਚਨ ਸਿੰਘ ਨੂੰ ਵੀ ਸੀ, ਉਹ ਵੀ ਨਹੀਂ ਸੀ ਬੋਲਦੇ। ਹੁਣ ਜਥੇਦਾਰੀ ਤਾਂ ਰਹੀ ਨਹੀਂ, ਹੁਣ ਜਥੇਦਾਰੀ ਰਹੀ ਨਹੀਂ ਅਤੇ ਮੈਂਬਰੀ ਵੀ ਨਹੀਂ ਰਹਿਣੀ। ਜਦੋਂ ਲੋਕਾਂ ਦੇ ਕਟਹਿਰੇ 'ਚ ਜਾਣਗੇ, ਲੋਕ ਹਿਸਾਬ ਕਿਤਾਬ ਪੁੱਛਣਗੇ, ਜੇ ਜਥੇਦਾਰ ਜੀ ਇੱਜ਼ਤ ਨਾਲ ਛੱਡ ਜਾਂਦੇ ਕੁਰਸੀ, ਅੱਜ ਲੋਕ ਮੋਢਿਆਂ 'ਤੇ ਬਿਠਾ ਕੇ ਰੱਖਦੇ। ਪਰ ਦੁੱਖ ਅਤੇ ਅਫਸੋਸ ਹੈ, ਅੱਜ ਜਥੇਦਾਰ ਆਪਣੇ ਘਰੋਂ ਦਰਵਾਜ਼ਾ ਬਾਹਰ ਨਹੀਂ ਆ ਸਕਦਾ। ਆਖਰੀ ਸਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਮੈਂਬਰਾਂ ਦੀ ਚੋਣ ਹੋਏਗੀ, ਅੱਜ ਤੁਸੀਂ ਇੱਕ ਵੱਖਰੀ ਪਾਰਟੀ ਆਪਣੀ ਬਣਾਈ ਹੈ, ਤੁਸੀਂ ਸਮਝਦੇ ਹੋ ਕਿ ਤੁਹਾਡੀ ਜਿਹੜੀ ਪਾਰਟੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੈਂਬਰਾਂ ਦੀਆਂ ਜੋ ਚੋਣਾਂ ਉਹ ਵੀ ਲੜੇਗੀ? ਔਰ ਲੋਕ ਇਨਸਾਫ ਪਾਰਟੀ, ਮੈਂ ਸਾਰੇ ਸੰਸਾਰ 'ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਪਾਲਿਸੀ ਕੀ ਆ, ਬਿੱਲੀ ਭਾਅ ਦਾ ਛਿੱਕਾ ਟੁੱਟਾ। ਇਹ ਕਹਿੰਦੇ ਕਾਂਗਰਸ ਨੇ ਲੜਨੀ ਨਹੀਂ, BJP ਨੇ ਲੜਨੀ ਨਹੀਂ, ਪਰ ਲੋਕ ਇਨਸਾਫ ਪਾਰਟੀ ਜਿਹੜੀ ਲੋਕਾਂ ਦੀ ਗੱਲ ਕਰਦੀ ਹੈ, ਜਿਹੜੀ ਧਰਮ 'ਤੇ ਆਧਾਰਿਤ ਹੈ, ਜਿਹੜੀ ਧਰਮ ਦੀ ਗੱਲ ਕਰਦੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਕਰਦੀ ਹੈ, ਉਹ ਆਉਣ ਵਾਲੇ ਸਮੇਂ 'ਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ, ਲੋਕ ਇਨਸਾਫ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਵਸ਼ ਲੜੂਗੀ। ਧੰਨਵਾਦ। ਇਹ ਹਨ ਬਲਵਿੰਦਰ ਸਿੰਘ ਬੈਂਸ, ਇਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜੋ ਮਾਮਲਾ ਹੋਇਆ ਸੀ, ਉਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੋਕ ਮਤਾ ਵੀ ਨਹੀਂ ਪੜਿਆ ਗਿਆ। ਔਰ ਸਭ ਤੋਂ ਵੱਡੀ ਅਹਿਮ ਗੱਲ ਉਹਨਾਂ ਨੇ ਕਹੀ ਕਿ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੱਲੋਂ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ਼ ਕੋਈ ਆਵਾਜ਼ ਨਹੀਂ ਚੱਕੀ ਗਈ। ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਚੁੱਪ ਦੇ ਵਿੱਚ ਵੀ ਕਈ ਸਵਾਲ ਨੇ। ਔਰ ਸਭ ਤੋਂ ਵੱਡਾ ਐਲਾਨ ਉਹਨਾਂ ਨੇ ਦੈਨਿਕ ਸਵੇਰਾ 'ਤੇ ਕੀਤਾ ਕਿ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਲੋਕ ਇਨਸਾਫ ਪਾਰਟੀ ਚੋਣਾਂ ਲੜੇਗੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਜੋ ਉਹਨਾਂ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ, ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ, ਦੈਨਿਕ ਸਵੇਰਾ, ਅੰਮ੍ਰਿਤਸਰ।